ਸੋਚ ਨਵਾਇਆ ਗਾਸ ਇਹੋ ਵਕਤ ਦੀ ਹੈ ਆਵਾਜ਼ ਇਹੋ ਵਕਤ ਦੀ ਹੈ ਆਵਾਜ਼ ਧੀਰਜ ਰੱਖੋ ਨਿਰਾਸ਼ ਨਾ ਹੋਵੋ ਪਹਿਲਾ ਬਚਨ ਸੁਣਿਓ ਧੀਰਜ ਰੱਖੋ ਨਿਰਾਸ਼ ਨਾ ਹੋਵੋ ਕਿਉਂਕਿ ਜਿੰਨੇ ਤੁਹਾਨੂੰ ਲਿਖਿਆ ਨਾ ਪੂਰੇ ਬ੍ਰਹਿਮੰਡ ਦਾ ਵੱਡਾ ਲੇਖਕ ਉਹ ਹੀ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਪੂਰੇ ਬ੍ਰਹਿਮੰਡ ਦਾ ਵੱਡਾ ਲੇਖਕ ਉਹ ਹੀ ਹੈ ਜਿੰਨੇ ਤੈਨੂੰ ਲਿਖਿਆ ਜਿੰਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਸਾਰੀ ਸ੍ਰਿਸ਼ਟੀ ਬਣਾਈ ਹੈ ਤੈਨੂੰ ਪੈਦਾ ਕਰਨ ਵਾਲਾ ਵੀ ਉਹ ਹੀ ਤੇਰੇ ਲੇਖ ਲਿਖਣ ਵਾਲਾ ਵੀ ਉਹ ਹੀ ਹੈ ਹਰ ਗੱਲ ਦੇ ਉੱਤੇ ਚੜ੍ਹਦੀ ਕਲਾ 'ਚ ਰਹੋ ਚੜ੍ਹਦੀ ਕਲਾ 'ਚ ਕਦੀ ਢਹਿੰਦੀ ਕਲਾ 'ਚ ਨਾ ਜਾ ਜੇ ਅੱਜ ਕੋਈ ਨਿਮਾਣ ਦਾ ਵੇਲਾ ਆ ਗਿਆ ਨਾ ਨਿਮਾਣ ਦਾ ਤੇ ਦਿਮਾਗ ਨੂੰ ਕਮਾਂਡ ਦੇ ਮੇਰਾ ਪਿਆਰਾ ਪ੍ਰੀਤਮ ਮੇਰਾ ਸਾਹਿਬ ਮੇਰੇ ਨਾਲ ਏ ਅੱਜ ਜੇ ਨਿਮਾਣ ਦਾ ਸਮਾਂ ਉਤਰਾਈ ਦਾ ਸਮਾਂ ਗੁਰੂ ਰਾਮਦਾਸ ਨੇ ਕਿਰਪਾ ਕਰਨੀ ਜੇ ਅੱਜ 10 ਕਦਮ ਮੈਂ ਪਿੱਛੇ ਹੋ ਰਿਹਾ ਨਾ 100 ਕਦਮ ਇਹਨਾਂ ਨੇ ਮੈਨੂੰ ਅੱਗੇ ਵਧਾਉਣਾ ਹੀ ਵਧਾਉਣਾ ਆਖੋ ਧੰਨ ਗੁਰੂ ਰਾਮਦਾਸ ਜੀ ਸ਼ੇਰ ਕਦੀ ਤੁਸੀਂ ਵੇਖਿਆ ਟੀਵੀ ਦੇ ਉੱਤੇ ਡਿਸਕਵਰੀ ਚੈਨਲ ਦੇ ਉੱਤੇ ਕਈ ਵਾਰੀ ਤੁਸੀਂ ਵੇਖਿਆ ਹੋਏਗਾ ਸ਼ੇਰ ਨੂੰ ਜਦੋਂ ਉਹਨੇ ਤੇਜ਼ ਦੌੜਨਾ ਹੁੰਦਾ ਨਾ ਤੇਜ਼ 2-4 ਕਦਮ ਪਿੱਛੇ ਹੁੰਦਾ ਫਿਰ ਏਡੀ ਤੇਜ਼ੀ ਨਾਲ ਅੱਗੇ ਵੱਧਦਾ ਵੱਡੇ ਵੱਡੇ ਜਾਨਵਰਾਂ ਨੂੰ ਵੀ ਪਿੱਛੇ ਛੱਡ ਦਿੰਦਾ ਜਿੱਥੇ ਨਿਸ਼ਾਨਾ ਮਿੱਥ ਲਿਆ ਭਾਵੇਂ ਹਜ਼ਾਰਾਂ ਜਾਨਵਰ ਉਹਦੇ ਅੱਗੇ ਪਿੱਛੇ ਹੋਣ ਪਰ ਜਿੱਥੇ ਨਿਸ਼ਾਨਾ ਮਿੱਥਿਆ ਨਾ ਨਿਸ਼ਾਨੇ 'ਤੇ ਪਹੁੰਚ ਜਾਂਦਾ ਇਹ ਮੇਰੀ ਬੇਨਤੀ ਹੈ ਦਿਮਾਗ ਦੇ ਵਿੱਚ ਕਿਸੇ ਗੱਲ ਦਾ ਬੋਝ ਨਹੀਂ ਰੱਖਣਾ ਜਿੰਨੇ ਪੂਰੇ ਬ੍ਰਹਿਮੰਡ ਨੂੰ ਲਿਖਿਆ ਨਾ ਉਹ ਵੱਡੇ ਲੇਖਕ ਨੇ ਉਹਨੇ ਤੈਨੂੰ ਵੀ ਲਿਖਿਆ ਹੋਇਆ ਆਖੋ ਧੰਨ ਗੁਰੂ ਰਾਮਦਾਸ ਜੀ ਉਹਨੇ ਬੜੀ ਸੋਹਣੀ ਤੇਰੀ ਪਲੈਨਿੰਗ ਕੀਤੀ ਹੈ ਥੋੜ੍ਹਾ ਥੋੜ੍ਹਾ ਉੱਦਮ ਕਰੀ ਜਾ ਥੋੜ੍ਹੇ ਥੋੜ੍ਹੇ ਉਪਰਾਲੇ ਕਰੀ ਜਾ ਆਲਸੀ ਨਾ ਬਣ ਪਰ ਵੇਖੀ ਤੇਰੇ ਉਪਰਾਲਿਆਂ ਦੇ ਉੱਤੇ ਇੱਕ ਦਿਨ ਇਹੋ ਜਿਹਾ ਉਹਨੇ ਰੰਗ ਚਾੜਨਾ ਤੇਰੀ ਕਾਮਯਾਬੀ ਦੁਨੀਆਂ ਦੇ ਵਿੱਚ ਸਿਰ ਚੜ੍ਹ ਚੜ੍ਹ ਕੇ ਬੋਲੇਗੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਅਗਲੀ ਗੱਲ ਸੁਣ ਲਓ ਇਹ ਵੀ ਬੜੀ ਕੰਮ ਆਏਗੀ ਸਨਮਾਨ ਹਮੇਸ਼ਾ ਸਮੇਂ ਦਾ ਤੇ ਸਥਿਤੀ ਦਾ ਹੁੰਦਾ ਸਨਮਾਨ ਕੋਈ ਬੰਦਾ ਹੈ ਨਾ ਜੇ ਉਹਦਾ ਕੋਈ ਸਨਮਾਨ ਕਰਦਾ ਨਾ ਸਨਮਾਨ ਬੰਦੇ ਦਾ ਸਨਮਾਨ ਨਹੀਂ ਹੁੰਦਾ ਸਨਮਾਨ ਹਮੇਸ਼ਾ ਸਮੇਂ ਦਾ ਤੇ ਸਥਿਤੀ ਦਾ ਹੁੰਦਾ ਬੰਦੇ ਦੇ ਗੁਣਾਂ ਦਾ ਹੁੰਦਾ ਗੁਣਾਂ ਦਾ ਪਰ ਅਫਸੋਸ ਇਨਸਾਨ ਇਹ ਚੀਜ਼ ਨੂੰ ਆਪਣਾ ਸਮਝ ਲੈਂਦਾ ਇੱਥੇ ਆ ਕੇ ਧੋਖਾ ਖਾ ਲੈਂਦਾ ਫਿਰ ਇਹਦੇ ਵਿੱਚ ਇੰਨਾ ਘਮੰਡ ਭਰ ਜਾਂਦਾ ਵੇਖਿਆ ਮੇਰੇ ਵਰਗਾ ਹੈ ਹੀ ਕੋਈ ਨਹੀਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਨਮਾਨ ਤੇ ਹੋਇਆ ਸਮੇਂ ਦਾ ਸਥਿਤੀ ਦਾ ਗੁਣਾਂ ਦਾ ਤੇ ਜਿੰਨੇ ਗੁਣ ਦਿੱਤੇ ਨੇ ਉਹਦਾ ਹਰ ਵੇਲੇ ਸ਼ੁਕਰਾਨਾ ਕਰ ਝੁੱਕ ਝੁੱਕ ਕੇ ਅੰਦਰੋਂ ਮਨ ਝੁਕਾ ਝੁਕਾ ਕੇ ਕਹਿ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਕਿਸੇ ਗੱਲ ਦਾ ਘਮੰਡ ਨਾ ਕਰ ਕਿਸੇ ਗੱਲ ਦਾ ਅਭਿਮਾਨ ਨਾ ਕਰ ਕਿਉਂਕਿ ਸਨਮਾਨ ਤੇਰੇ ਸਰੀਰ ਦਾ ਨਹੀਂ ਹੋ ਰਿਹਾ ਸਮੇਂ ਦਾ ਹੋ ਰਿਹਾ ਸਥਿਤੀ ਦਾ ਹੋ ਰਿਹਾ ਤੇ ਗੁਣਾਂ ਦਾ ਹੋ ਰਿਹਾ ਗੁਣਾਂ ਦਾ ਉਹ ਹੀ ਚੋਰ ਹੈ ਕੋਈ ਬੰਦਾ ਹੈ ਤੇ ਉਹ ਵੀ ਬੰਦਾ ਹੀ ਹੈ ਨਾ ਉਹਨੂੰ ਤੇ ਕੋਈ ਸਰੋਪੇ ਪਾਉਂਦਾ ਨਹੀਂ ਸਨਮਾਨ ਗੁਣਾਂ ਦਾ ਹੁੰਦਾ ਸਨਮਾਨ ਸਮੇਂ ਦਾ ਹੋ ਰਿਹਾ ਸਥਿਤੀ ਦਾ ਹੋ ਰਿਹਾ ਗੁਣਾਂ ਦਾ ਹੋ ਰਿਹਾ ਬੰਦਾ ਠੋਕਰ ਉਦੋਂ ਖਾਂਦਾ ਜਦੋਂ ਇਹ ਚੀਜ਼ਾਂ ਨੂੰ ਆਪਣਾ ਸਮਝ ਲੈਂਦਾ ਵੇਖਿਆ ਮੇਰੇ ਕਰਕੇ ਇੰਨੀ ਸੰਗਤ ਜੁੜ ਗਈ ਵੇਖਿਆ ਮੈਂ ਇੰਨੇ ਸੇਵਾ ਦੇ ਕੰਮ ਕਰ ਰਿਹਾ ਵੇਖਿਆ ਮੈਂ ਜਦੋਂ ਬੋਲਦਾ ਸੰਗਤ ਕੀਲੀ ਜਾਂਦੀ ਹੈ ਵੇਖਿਆ ਜੇ ਮੈਂ ਹੋਸਪਿਟਲ ਨਾ ਚਲਾਵਾਂ ਜੇ ਮੈਂ ਸਕੂਲ ਨਾ ਬਣਾਵਾਂ ਜੇ ਮੈਂ ਵਿਧਵਾ ਬੀਬੀਆਂ ਦੇ ਬੱਚਿਆਂ ਦੀ
ਪੜ੍ਹਾਈ ਦਾ ਸਾਧਨ ਨਾ ਬਣਾ, ਵਿਧਵਾ ਬੀਬੀਆਂ ਦੇ ਘਰ ਦਾ ਰਾਸ਼ਨ ਦਾ ਸਾਧਨ ਨਾ ਬਣਾ ਤੇ ਇਹ ਤੇ ਭੁੱਖੇ ਮਰ ਜਾਣਗੇ। ਇੱਥੇ ਆ ਕੇ ਫਿਰ ਬੰਦਾ ਮਾਰ ਖਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਆਪਣੀ ਗੱਲ ਕਰਦਾ, ਮੈਂ ਕਦੀ ਕਿਸੇ ਬਾਰੇ ਨਹੀਂ ਕੋਈ ਚੀਜ਼ ਕਹਿੰਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ, ਉਹ ਮਨਾ ਜੋ ਕੁਝ ਵੀ ਬਾਪੂ ਜੀ ਸੇਵਾ ਲੈ ਰਹੇ ਉਦਮ ਤੂੰ ਥੋੜ੍ਹਾ ਬਹੁਤਾ ਕੀਤਾ ਹੈ, ਪਰ ਉਦਮ ਨੂੰ ਭਾਗ ਲਾਉਣ ਵਾਲਾ ਵੀ ਉਹ, ਸਾਰੇ ਕਾਰਜ ਚਲਾਉਣ ਵਾਲਾ ਵੀ ਉਹ, ਜਿਹਨੇ ਹੁਣ ਤੱਕ ਸਾਂਭਿਆ ਅੱਗੇ ਸਾਂਭਣ ਵਾਲਾ ਵੀ ਉਹ। ਕਹਿ ਦਿਓ ਪਿਆਰ ਨਾਲ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਤੇ ਜਿਹੜਾ ਕੋਈ ਤੁਸੀਂ ਦਾਨ ਪੁੰਨ ਕਰਦੇ ਹੋ ਨਾ, ਗੁਰਮੁਖ ਪਿਆਰੇ ਮੇਰੇ ਤੋਂ ਪਹਿਲੇ ਬੋਲ ਰਹੇ ਸੀ, ਕੋਈ ਵੀ ਤੁਸੀਂ ਕਿਤੇ ਵੀ ਦਾਨ ਪੁੰਨ ਕਰਦੇ ਹੋ, ਕਿਸੇ ਵੀ ਸੰਸਥਾ ਨੂੰ ਦਿੰਦੇ ਹੋ, ਆਪ ਦਾਨ ਪੁੰਨ ਕਰਦੇ ਹੋ। ਅੱਜ ਸੋਢੀ ਸਾਹਿਬ ਨੇ ਕਿੱਡਾ ਸੋਹਣਾ ਉਪਰਾਲਾ ਕੀਤਾ, 5 ਲੋੜਵੰਦ ਬੱਚੀਆਂ ਦੇ ਆਨੰਦ ਕਾਰਜ ਨੇ। ਕਿਤੇ ਵੀ ਤੁਸੀਂ ਦਾਨ ਦਿੱਤਾ, ਕਿਤੇ ਵੀ ਤੁਸੀਂ ਕੋਈ ਹੈਲਪ ਕੀਤੀ, ਗਰੀਬਾਂ ਨੂੰ ਦਿੱਤਾ ਗਿਆ ਦਾਨ, ਤੇ ਤੇਰੇ ਮੂੰਹ ਤੋਂ ਨਿਕਲਿਆ ਹੋਇਆ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਨਾਮ, ਇਹ ਦੋਵੇਂ ਚੀਜ਼ਾਂ ਕਦੀ ਵੀ ਵਿਅਰਥ ਨਹੀਂ ਜੇ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਦੀ ਆਵਾਜ਼ ਆਵੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜਦੋਂ ਠੋਕਰਾਂ ਖਾ ਕੇ ਵੀ ਨਾ ਡਿੱਗੋ, ਠੋਕਰਾਂ ਵੱਜੀਆਂ ਕਈ ਵਾਰੀ ਆਪਣਿਆਂ ਨੇ ਮਾਰੀਆਂ ਠੋਕਰਾਂ, ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕੀਤੇ ਉਹਨਾਂ ਨੇ ਪਿੱਠ ਦੇ ਵਿੱਚ ਛੁਰੇ ਮਾਰੇ। ਜਦੋਂ ਠੋਕਰਾਂ ਖਾ ਕੇ ਵੀ ਨਾ ਡਿੱਗੋ ਤੇ ਸਮਝ ਲਵੋ, ਉਸ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਤੁਹਾਡਾ ਹੱਥ ਫੜਿਆ ਹੋਇਆ। ਠੋਕਰਾਂ ਖਾਣ ਦੇ ਬਾਵਜੂਦ ਵੀ ਜੇ ਨਾ ਡਿੱਗੋ ਤੇ ਸਮਝ ਲੈਣਾ, ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਤੁਹਾਡਾ ਹੱਥ ਫੜਿਆ। ਤੇ ਜਿੰਨੇ ਹੱਥ ਫੜਿਆ ਨਾ, ਬਸ ਹਰ ਵੇਲੇ ਅਰਦਾਸਾਂ ਕਰਿਓ, ਦਾਤਾ ਜੀ ਸਾਡਾ ਹੱਥ ਫੜੀ ਰੱਖਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਡਾ ਹੱਥ ਫੜੀ ਰੱਖਿਓ ਬਾਪੂ ਜੀ, ਅਸੀਂ ਤੁਹਾਡਾ ਹੱਥ ਨਹੀਂ ਫੜਨਾ, ਤੁਸੀਂ ਸਾਡਾ ਹੱਥ ਫੜ ਕੇ ਰੱਖਿਓ। ਕਿਉਂਕਿ ਜੇ ਤੁਸੀਂ ਹੱਥ ਫੜ ਕੇ ਰੱਖੋਗੇ ਨਾ, ਦੁਨੀਆਂ ਦੀ ਕੋਈ ਤਾਕਤ ਨਹੀਂ ਕੋਈ ਉਸ ਹੱਥ ਨੂੰ ਛੁੜਾ ਜਾਵੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ।